التماس دعا برای حجت خدا. بسم الله الرحمن الرحیم. اللهم قل ولی ذکر الحجت ابن الحسن صلوات قائلہ و علی آبائه فی هذه الساعت و فی کل ساعت من ساعت اللیل و النهار ولیجن و حافظن قائدم و ناصرم و دلیلم و عینا حتا تسکنہو و رزاقتاو ان و تمتیعو فیہا طویلا یا رب محمد و آل محمد و عجل فرج آل محمد رب صلی علی محمد و آل محمد صلوات ملک بلند و سلام تلاوی اللہم عبادت عظیم ہے کوشش کرو ایک صلوات اسے آواز نام تلاوت اتنے جمع کوشش کرو مل کے اسے آواز نال ایک صلوات پڑھو نیک حاجات مالک قبول اور منظور فرمائے استماع ڈھیر ہے کوشش کرو آمین آخو دعا دے جلد قبول عمر دی جگہ مجلس ایک مومن علیل ہے مالک جلد شفیع تھوڑے بندہ آمین نہ کیے مہربانی فرماؤ سارے آمین کو بے واسطے دعا منسو اللہ تعالی قبول کرے سے. ایک بندہ میرے مولا امیر علیہ السلام کو لایا مولا علی علیہ السلام کو لا کے ادے مولا دعا منگنا قبول نہیں ہوندی تو مولا فرمایا ہے اپنے واسطے منگنا چھوڑ دے تو بے ازاداراں واسطے منسے اللہ تعالی قبول کرے کوشش کرنی کہ آمین رکھیے بے اولاد ازاداراں مالک صاحب اولاد بانی اشدا جنا جنا رل کے حصہ گزدے مالک سارے دی محنت قبول مار صاحب دی مالک زندگی دراز فرماوے دس سال دی جنا جنا ایاں رل کے حصہ گزدے مالک سارا دے نیک حاجات قبول سارے ممالک کربلا اور شام دا جواب بنائے بارہویں شہنشاہ کا جل ظہور ہو گئے خلوص دل نال ایک صلوات بلند آواز ماشاءاللہ لا حول ولا قوة الا بالله بسم اللہ الرحمن الرحیم صلوات الحمدللہ رب العالمین للمتقين والجنة للمؤمنين صلوات وصلات وسلام على سيد الأنبياء والمرسلين صلوات وزيه وزيره وخليفته وبارسه علمه علم الأولين والآخرين صلوات الذي
مرتين شربة وليا في يوم الخندق أفضل من نبادة السقلاء والصلاة والسلام على السيدة الجليلة صدقة مخدومة الله امام دی غربت ذہن چ رکھنی ہے پتہ ہے ضرور آس ایک زخمی امام ہے بھی قیدی سونی ہے کتنی میرا سی بہن مر گئی ہے بہن مر گئی ہے او جڑی کنڈے کٹ دی ہے درد نال ہے کتنی ہے ਜਿਹੜੇ ਮਾਤਮੀ ਉਹ ਸੀਨਾ ਫਿਰ ਨ ਕਰਾਏ ਆਗਾ ਅਨ ਦੇ ਬਾਦ ਜ਼ਖਮੀ ਸਈਆ ਕੀਤਾ ਸ਼ਾਮ ਦੇ ਵਿੱਚ ਬਾਬਾ ਸੋਹਣੀ ਹੈ ਫਿਕਰ ਦਿਓ ਆ ਮੇਰੀ ਚੌ ਸਾਲਾਂ ਦੀ ਭੈਣ ਹਾਈ ਜਿਹੜੀ ਮਰ ਗਈ ਹੈ ਵਿੱਚ ਜ਼ਿੰਦਾ ਹੁਸੈਨ ਦਾ ਜ਼ਾਕਿਰਾ ਹੱਥ ਜੋੜ ਕੇ ਵੀ ਆਦਾ ਸੁਣਾ ਨਿਕਲੇ ਜਿਤਨੇ ਬੈਠੇ ਹੋ ਹਾਏ ਕਰੇ ਚਾ ਬੈਣ ਏਡਾ ਔਖਾ ਇਹੋ ਜਿਹੀਆਂ ਬੈਣ ਕੀ ਦਸ ਜੋ ਸ਼ਾਮ ਦੇ ਦਰੋ ਦੀਵਾਰ ਹਲ ਗਿਆ ਰੋ ਗਿਆ ਦੇ ਮੇਰਾ ਕੋਈ ਨਹੀਂ ਸਹਾਇ ਨਾ ਕਰੋ ਬੀਬੀ ਤੁਹਾਡੇ ਉੱਤੇ ਰਾਜ਼ੀ ਹੋਵੇ ਅੰਮਾ ਹੁਸੈਨ ਦੀ ਤੁਹਾਡੇ ਉੱਤੇ ਰਾਜ਼ੀ ਹੋਵੇ ਮਸਾਇਬ ਦੇ ਚੰਦ ਜੁਮਲੇ ਸੁਣ ਕੇ ਅਤੇ ਇੱਕ ਵਹਿਣ ਕਰਨਾ ਰਾਜ਼ੀ ਰਾਸ ਮੌਲਾ ਹਰ ਅਜ਼ਾਦਾਰ ਜ਼ਵਾਰ ਦੇ ਸਫ਼ਰ ਵੇ ਖਤਰ ਫਰਮਾਏ ਨੇਕ ਹਾਜਾਤ ਮਾਲਿਕ ਕਬੂਲ ਫਰਮਾਏ ਮਾਲਿਕ ਸਲਾਮਤ ਰੱਖੇ ਹੁਸੈਨ ਦੀ ਦੁਖੀ ਤੇ ਜ਼ਖਮੀ ਥੀ ਇੰਤਜ਼ਾਰ ਵਿੱਚ ਨਹੀਂ ਬਾਣਾ ਉਹਨੂੰ ਵੀ ਹੈ ਕਰ ਦੇਖੋ ਵਹਿਣ ਤਾਂ ਮੈਂ ਕਰੇ ਸਾਂ ਸਾਰੇ ਮਾਤਮ ਕਰ ਗਏ ਸੀ ਰਬਾਈਨ ਤੇ ਮੈਂ ਪਹਿਲੀ ਦਫ਼ਾ ਰਬਾਈਨ ਤੇ ਪਿਆ ਵਹਿਣਾ ਔਰ ਦਿਲ ਵਿੱਚ ਖਾਹਿਸ਼ ਕੀਤੀ ਹਸਰਤ ਵੀ ਆਈ ਅਤੇ ਦੁਆ ਵੀ ਕੀਤੀ ਹੈ ਕਿ ਮੌਲਾ ਇੱਕ ਦਫ਼ਾ ਜ਼ਰੂਰ ਅਰਬਾਈਨ ਤੇ ਸਟੋ ਅਰਬਾਈਨ ਤੇ ਕਰੋੜਾਂ ਦੀ ਤਾਦਾਦ ਵਿੱਚ ਬੰਦੇ ਹੁੰਦੇ ਮੌਲਾ ਦੇ ਜ਼ਵਾਬ ਹੁੰਦੇ
ਜਿਹੜੇ ਸਲਾਮ ਤੇ ਬਹਿੰਦੇ। ਚਲੋ ਇੱਕ ਜੁਮਲਾ ਸਾਹਮਣੇ ਆ ਕੇ ਪੜ੍ਹ ਲੈਣਾ। ਇੱਕ ਇਰਾਕੀ ਹੈ, ਇਰਾਕੀ ਚਿੱਟੀ ਦਾੜੀ ਵਾਲਾ ਇਰਾਕੀ, ਜ਼ਵਾਰੋਂ ਦੇਖ ਕਿਤੇ ਬੁਲੰਦ ਆਵਾਜ਼ ਨਾਲ ਖੜਾ ਦੇ, ਆਓ ਜ਼ਵਾਰੋ ਮੇਰੇ ਮਹਿਮਾਨ ਬਣੋ। ਹਰ ਬੰਦੇ ਦੇ ਸਾਹਮਣੇ ਨਾ ਹੱਥ ਬੰਨ ਕੇ ਆ ਦੇ, ਆਓ ਹੁਸੈਨ ਦੇ ਜ਼ਵਾਰੋ, ਹੁਸੈਨ ਦੇ ਮਹਿਮਾਨੋ। ਆਓ ਮੌਕੇ ਬਾਅਦ ਦਿਨ ਠਹਿਰਣ ਦੀ ਜਗ੍ਹਾ ਬਣਾਇਆ ਹੋਇਆ ਹੋਈ, ਜਿਹੜਾ ਜ਼ਵਾਰ ਪਹੁੰਚੇ ਜੁਮਲਾ ਸਮਝਣ ਨਾਲ ਤਾਲਕ ਰੱਖਦੇ। ਨਵੇਂ ਬਰਤਨ, ਨਵੇਂ ਕੰਬਲ, ਨਵੇਂ ਬੈੱਡ, ਸਮਾਨ ਅੱਗੇ ਇਸਤੇਮਾਲ ਥਿਆ ਹੋਇਆ ਕੋਈ ਨਹੀਂ, ਬਿਲਕੁਲ ਨਵਾਂ ਸਾਮਾਨ। ਜ਼ਵਾਰ ਠਹਿਰੇ, ਉਹ ਖਿਦਮਤ ਕੀਤੀ ਮਾਰਫਤ ਨਾਲ, ਜੁਮਲਾ ਸਮਝ ਰਿਹਾ, ਉਹ ਖਿਦਮਤ ਕੀਤੀ ਅਤੇ ਕੁਝ ਜ਼ਵਾਰਾਂ ਸਵਾਲ ਕੀਤੇ ਜਿਹੜੇ ਜਾਣਦੇ ਹਨ, ਤਾਂ ਉਹਨਾਂ ਪੁੱਛਿਆ। ਉਸ ਆਖਿਆ ਵੀ ਇਹ ਨਵਾਂ ਸਮਾਨ ਹੈ ਜੋ ਰਬੀਉਲ ਅੱਵਲ ਵਿੱਚ ਮੇਰੀ ਧੀ ਦੀ ਸ਼ਾਦੀ ਅਤੇ ਮੇਰੀ ਬੇਟੀ ਆਖੇ, ਬਾਬਾ ਇਹ ਸਾਰਾ ਸਮਾਨ ਪਹਿਲੇ ਹੁਸੈਨ ਦੇ ਜ਼ਵਾਰ ਇਸਤੇਮਾਲ ਕਰੇ ਸੀ, ਹੁਣ ਮੈਂ ਇਸਤੇਮਾਲ ਕਰੇ ਸੀ। ਮਾਰਫਤ ਨਾਲ ਸਮਝਿਆ ਨਾ ਜੁਮਲਾ, ਹੁਸੈਨ ਦੇ ਜ਼ਵਾਰ ਬੜਾ ਬੜਾ ਸਵਾਬ ਹੈ ਔਰ ਬੜਾ ਮਾਰਫਤ ਨਾਲ ਬੈਠੇ ਹੋ ਮਾਸ਼ਾ ਅੱਲਾਹ ਤੁਸੀਂ ਸਫੇ ਆਜ਼ਾਦ ਹੈ, ਭਾਈ ਜਾਨ ਵੀ ਆ ਰਹੇ ਸਲਾਮ ਅਤੇ ਮੌਲਾ ਦੇ ਸਾਰਿਆਂ ਕੋ ਮੌਲਾ ਕੇ ਨੂੰ ਆਪਣੀ ਅੱਖੀ ਨਾਲ ਬੰਨ ਕੇ ਦੇਖੋ ਜੋ ਇਤਨਾ ਰਸ਼ ਹੈ, ਮਗਰ ਡਾਮ ਹਰਮ ਆਦਾ ਲੋਗੋ ਮੈਂ ਕੱਲਾ ਰਹਿ ਗਿਆ। ਅੱਲਾ ਤੁਹਾਡੀ ਹੈ, ਅੱਲਾ ਤੁਹਾਡਾ ਗਿਰੀਆ, ਅੱਲਾ ਤੁਹਾਡੀ ਮਾਤਮ ਕਰੋ। ਔਰ ਇੱਕ ਜੁਮਲਾ ਬਾਕੀ ਵੀ, ਪਹਿਲੇ ਵੀ ਇਹ ਪੜ੍ਹਾ ਥਾ, ਮੈਂ ਜ਼ਰੂਰੀ ਸਮਝਣਾ ਇਤਨਾ ਬੜਾ ਇਜਤਮਾ ਹੈ, ਮਿਹਨਤ ਮੈਂ ਇੱਕ ਦੋ ਕਰ ਗਿਨ ਸਾਂ। ਜਿਹੜੀ ਨਿਆਜ਼ ਆਉਂਦੀ ਨਾ ਬਿਸਮਿਲਲਾ ਜੀ, ਇਨਸ਼ਾਅੱਲਾ ਜੀ, ਇਨਸ਼ਾਅੱਲਾ ਜ਼ਰੂਰ ਹਰ ਅਜ਼ਾਦਾਰ ਦੀ ਤਰਫ ਇਨਸ਼ਾਅੱਲਾ ਜ਼ਰੂਰ ਪੁਰਸਦੇ ਸੀ ਮੌਲਾ ਕੋ, ਮੌਲਾ ਕੋ ਬੱਚੜੇ ਦਾ ਗੁੱਸਾ, ਕਈਆਂ ਦਾ ਗੁੱਸਾ। ਜਿਹੜੀ ਨਿਆਜ਼ ਹੁੰਦੀ ਨਾ ਨਿਆਜ਼, ਇੱਕ ਆਮ ਨਾ ਸਮਝਿਆ ਕਰੋ ਹੁਸੈਨ ਦੀ ਨਿਆਜ਼। ਤੁਹਾਡੇ ਕੋਲ ਇਤਨਾ ਵਕਤ ਹੈ, ਮੈਂ ਜੁਮਲੇ ਨੂੰ ਚੱਲ ਪੜਾ ਚ। ਆਮ ਨਾ ਸਮਝਿਆ ਕਰੋ ਨਿਆਜ਼, ਕਿਆ ਹੈ ਨਿਆਜ਼ ਜਿਹੜੀ ਮੌਲਾ ਦੇ ਨਾਂ ਨਾਲ ਮਨਸੂਬ। ਸ਼ਿਫਾ ਹੈ ਨਿਆਜ਼, ਕੋਈ ਮਰੀਜ਼ ਹੋਵੇ ਤਾਂ ਉਹਦਾ ਵਾਸਤੇ ਗਿਣ ਗਏ ਕਰੋ, ਖੜ ਕੇ ਗਿਣਨੀ ਪਵੇ ਤਾਂ ਵੀ ਨਿਆਜ਼ ਕੀਤੀ ਕਰੋ। ਨਿਆਜ਼ ਕੋ ਕਦੇ ਕੰਡ ਨਾ ਕੀਤੀ ਕਰੋ। ਜੁਮਲਾ ਸਾਹਮਣੇ ਆ ਗਿਆ, ਚਲੋ ਪੜ੍ਹਦੇ ਹਾਂ। ਹਰ ਅਜ਼ਾਦਾਰ ਦੀ ਮਾਰਫਤ ਇਜ਼ਾਫਾ ਹੋਇਆ ਸੀ। ਈਰਾਨ ਦਾ ਇੱਕ ਜ਼ਾਕਿਰ ਹੈ, ਮਜਲਿਸ ਪੜ੍ਹਦਾ ਹੈ, ਈਰਾਨ ਦਾ ਇੱਕ ਜ਼ਾਕਿਰ ਮਜਲਿਸ ਪੜ੍ਹਦਾ ਹੈ। ਮਜਲਿਸ ਪੜ੍ਹਨ ਵਾਸਤੇ ਘਰ ਤੋਂ ਬਾਹਰ ਨਿਕਲਿਆ, ਡਿੱਠਸ ਇੱਕ ਖੈਮਾ ਲੱਗਾ ਹੋਏ, ਨਿੱਕੇ ਨਿੱਕੇ ਬਾਲ ਨਾਲ ਬੈਠੇ ਸਾਹਮਣੇ ਵੱਲ ਹੈ। ਜ਼ਾਕਿਰ ਸਾਹਿਬ ਸਾਦਾ ਦਿਲ ਲੇ, ਅੱਜ ਸਭ ਕੋਈ ਮਜਲਿਸ ਸੁਣਾ, ਆਪਣੇ ਆਪ ਕੋ ਆਦੇ ਨਿੱਕੇ ਨਿੱਕੇ ਬੱਚੇ ਨੇ, ਇਹ ਕਿਆ ਸੁਣ ਸਨ ਬਾ ਦਾਦਾ, ਇਹਨਾਂ ਦਾ ਦਿਲ ਨਾ ਤੋੜਾਂ। ਚਲੋ ਇਹਨਾਂ ਕੋ ਆਖਦਾ ਵੀ ਅਗਲੀ ਮਜਲਿਸ ਪੜ੍ਹਾ ਸਾਂ, ਵੱਧ ਤੋਂ ਵੱਧ ਪੜ੍ਹਦੇ ਸਾਂ। ਆ ਕੇ ਟੁਰ ਪਿਆ, ਉਹ ਮਜਲਿਸ ਪੜ੍ਹ ਕੇ ਸ਼ਾਮ ਹੋ ਗਈ, ਬਈ ਗਲੀ ਨਾਲ ਮੈਂ ਘਰ ਆ ਕੇ ਸੁੱਤਾ ਅਤੇ ਖਿਆਲ ਆਇਆ, ਓਹੋ ਮੈਂ ਤਾਂ ਬੱਚਿਆਂ ਕੋ ਆਖਾ ਜਦੋਂ ਕੋ ਮਜਲਿਸ ਨੂੰ ਮੈਂ ਸਾਂ। ਉੱਠੇ ਬਿਸਤਰ ਤੋਂ, ਦੌੜੇ ਅਤੇ ਸੁਚਿੰਦਾ ਬੰਦਾ, ਪਤਾ ਨਹੀਂ ਬਾਅਦ 'ਚ ਬੈਠੇ ਜਾਂ ਚਲੇ ਗਏ, ਪਤਾ ਨਹੀਂ ਖੈਮਾ ਹੈ ਜਾਂ ਕੋਈ ਨਾ। ਯਾਦ ਜਿਹੜੇ ਵੇਲੇ ਮੈਂ ਪਹੁੰਚਾਂ, ਬੱਚੇ ਬੈਠੇ ਖੈਮੇ ਵੱਲ ਸਦਕੇ, ਕਿਆ ਕਹਿਣ ਤੁਹਾਡੇ ਸਮਝਣ ਦੇ, ਕਿਆ ਕਹਿਣ ਸਲਾਮ ਹੈ ਬਜ਼ੁਰਗੋ। ਬੱਚੇ ਵੀ ਹਨ, ਸਭ ਖੈਮਾ ਵੀ ਹੈ, ਬੱਚੇ ਉੱਠਣ ਮੈਂ ਕੁਆਂਦਾ ਉੱਠਣ ਅਤੇ ਰੋ ਕੇ ਆ ਦਿਨ, ਜ਼ਾਕਿਰ ਸਾਹਿਬ ਅੱਜ ਬੜਾ ਇੰਤਜ਼ਾਰ ਕਰਾਇਆ ਵੇ, ਅਸਾਂ ਤੁਹਾਡਾ ਇੰਤਜ਼ਾਰ ਕਰ ਕਰ ਥੱਕ ਗਿਆ ਸੀ, ਅਸਾਂ ਉਹਨੂੰ ਘਰ ਪੈ ਬਹਿੰਦੇ ਹਾਂ ਸੀ, ਤੁਸੀਂ ਆ ਗਏ ਹੋ। ਅੱਛਾ ਸਭ ਮਜਲੇ ਸੁਣਾ, ਹੈ ਪੇ ਕਰਦੇ ਹੋ ਨਾ ਦੋਸਤ, ਬੱਚੇ ਬਹਿ ਗਏ ਉਸ ਮਜਲੇ ਸ਼ੁਰੂ ਕੀਤੀ, ਤੁਸੀਂ ਅੱਗੇ ਉਹਨਾਂ ਇਵੇਂ ਸੁਣੀ ਜਿਵੇਂ ਵੱਡੇ ਬੰਦੇ ਸੁਣਦੇ ਨੇ। ਮਜਲਿਸ ਮੁੱਕੀ ਅਤੇ ਮੈਂ ਮੈਂਬਰ ਛੋੜਿਆ, ਮਜਲਿਸ ਮੁੱਕੀ ਅਤੇ ਬੱਚਾ ਸਾਹਮਣੇ ਵੱਲ ਆਇਆ, ਕਿਉਂਕਿ ਜ਼ਾਕਿਰ ਸਾਹਿਬ ਨਿਆਜ਼ ਕਰਕੇ ਵੈਸੇ ਅਤੇ ਮੈਂ ਖੜ ਗਿਆ, ਸੋਚਿਆ ਬਈ ਇੱਥੇ ਬੱਚਿਆਂ ਕੋਲ ਕਿਹੜੀ ਨਿਆਜ਼ ਹੋ ਸੀ ਜਾਂ ਇਹਨਾਂ ਕਿਵੇਂ ਪਕਾਈ ਹੋ ਸੀ। ਅਤੇ ਮੈਂ ਰੁਕ ਗਿਆ, ਬੱਚਾ ਥੋੜ੍ਹੀ ਦੇਰ ਬਾਅਦ ਆਇਆ, ਇੱਕ ਹੱਥ ਹੈ ਨਾ ਕਾਹਵੇ ਦੀ ਪਿਆਲੀ ਆਈ, ਪਿਆਲੀ ਦੇ ਵਿੱਚ ਕਾਹਵਾ ਪਾ ਕੇ ਨਾ ਸਾਹਮਣੇ ਆਖੜੇ, ਜ਼ਾਕਿਰ ਸਾਹਿਬ ਇਹ ਨਿਆਜ਼ ਕਬੂਲ ਕਰੋ। ਅਤੇ ਮੈਂ ਡਿੱਠੀਏ ਅਤੇ ਮੈਂ ਸੋਚਿਆ ਪਤਾ ਨਹੀਂ ਬਰਤਨ ਸਾਫ਼ ਹੈ ਨਹੀਂ ਜਾਂ ਕੋਈ ਨਾ,
ਪਤਾ ਨਹੀਂ ਪੱਕਾ ਹੋਇਆ ਇਹ ਕਿਵੇਂ ਹੈ, ਪਤਾ ਨਹੀਂ ਇਹਨੇ ਸਾਫ਼ ਕੀਤਾ ਜਾਂ ਕੋਈ ਨਾ, ਆਪਦੇ ਅੰਧੇਰੇ ਦਾ ਫਾਇਦਾ ਚਾਹ ਕੇ ਮੈਂ ਉਹ ਕਾਇਬਾ ਵੀਟ ਛੋੜਿਆ ਜ਼ਮੀਨ 'ਤੇ, ਆਪਦੇ ਵੀਟ ਕੇ ਮੈਂ ਡੁੱਲ ਪਿਆ, ਬੱਚਿਆਂ ਨੂੰ ਸਲਾਮ ਕਰਦਾ ਮੈਂ ਗੱਲ ਆਇਆ, ਮੈਂ ਸੁੱਤਾਂ ਅਤੇ ਮੇਰੀ ਅੱਖ ਲੱਗੀ ਹੈ ਅਤੇ ਇੱਕ ਵਹਿਣ ਹੈ ਜ਼ਾਕਿਰ ਸਾਹਿਬ ਮੈਂ ਤੇਰੇ ਉੱਤੇ ਨਾਰਾਜ਼ ਹਾਂ। ਕੌਣ ਹੋ? ਪਰ ਮੈਂ ਹੁਸੈਨ ਦੀ ਮਾਂ ਹਾਂ। ਬੀਬੀ ਵਜਾ ਫਰਮਾਏ ਤੂੰ ਮੇਰੇ ਬਛੜੇ ਦੀ ਨਿਆਜ਼ ਵੇਟ ਆਇਆ। ਜਿਹੜੇ ਸਮਝਦੇ ਪਏ ਹੋ ਜੁਮਲਾ, ਤੁਸੀਂ ਪਹੁੰਚ ਗਏ ਹੋ ਕਿ ਮਲਾ ਜੈ ਜੁਮਲੇ ਬਸ ਮੈਂ ਇਸ ਨੂੰ ਕੀਤਾ ਨਾ ਇਹ ਹੁਣ ਪੜ੍ਹ ਲਿਆ, ਤੂੰ ਮੇਰੇ ਬਛੜੇ ਦੀ ਨਿਆਜ਼ ਵੇਟ ਆਇਆ ਤੜਪ ਕੇ ਆ ਗਏ ਤੂੰ ਮਾਂ। ਮੈਂ ਸਮਝਾਏ ਪਤਾ ਨਹੀਂ ਉਹ ਬਰਤਨ ਸਾਫ਼ ਹੀ ਨਹੀਂ ਜਾਂ ਕੋਈ ਨਾ, ਉਹ ਬਰਤਨ ਧੋਤੇ ਹੋਣ ਜਾਂ ਕੋਈ ਨਾ, ਬਣੀ ਹੋਈ ਕਿਵੇਂ ਹੈ ਜਾਂ ਕੋਈ ਨਾ। ਕਾਸ਼ ਜੁਮਲਾ ਸਾਰੇ ਉਵੇਂ ਸਮਝੋ ਜਿਵੇਂ ਮੈਂ ਪਿਪੜਦਾ ਉਹ ਆਖਰੀ ਬੰਦੇ ਤੱਕ। ਇਹ ਆਦੇ ਇੱਕ ਬੁੱਢਾ ਹੋਇਆ ਵਹਿਣ ਹੈ ਜ਼ਾਕਿਰ ਸਾਹਿਬ ਮੈਂ ਆਪ ਬਣਾਈ ਆਈ। ਇਤਨੇ ਤਾਈ ਉਹ ਨਿਆਸ ਮੁਕੰਮਲ ਥੀ ਨਹੀਂ ਸਕਦੀ ਜਦ ਤੱਕ ਮੈਂ ਸਜਦਾ ਬਿਸਮਿਲ੍ਲਾ। ਤੇਰੇ ਸਮਝਣ ਤੋਂ ਸਦਕੇ, ਤੇਰੇ ਸਮਝਣ ਤੋਂ ਸਦਕੇ, ਤੇਰੇ ਸਮਝਣ ਤੋਂ ਸਦਕੇ ਬਿਸਮਿਲ੍ਲਾ। ਕਿਹੜਾ ਸੋਹਣਾ ਸਮਝਾਵੇ ਜੁਮਲਾ, ਅੱਲਾ ਤੇਰੀ ਇਬਾਦਤ ਕਬੂਲ ਕਰੇ, ਮਾਲਾ ਤੇਰੇ ਹਾਏ ਕਬੂਲ ਕਰੇ। ਔਰ ਕਰਬਲਾ ਅਰਬਈਨ ਤੇ ਵੈਸੇ ਉਹ ਤਾਂ ਫਿਰ ਪਤਾ ਲੱਗ ਸੀ ਕਿਵੇਂ ਕਿਵੇਂ ਬੰਦੇ ਦੀ ਆ ਕੇ ਮਿੰਨਤ ਕਰਨ ਦੇ ਨੀ ਰਾਖੀ। ਇੱਕ ਲੁਕਮਾ ਤਾਂ ਖਾ ਕੇ ਵੰਨੋ, ਇੱਕ ਲੁਕਮਾ ਤਾਂ ਖਾ ਕੇ ਜਾਓ, ਇੱਕ ਲੁਕਮਾ ਤਾਂ ਖਾ। ਚਲੋ ਇੱਕ ਜੁਮਲਾ ਆ ਗਿਆ ਤੇ ਉਹ ਵੀ ਪੜ੍ਹ ਲੈਣਾ, ਇੱਕ ਲੁਕਮਾ ਇੱਕ ਇੱਕ ਲੁਕਮੇ ਵਾਸਤੇ ਮਿੰਨਤ ਕਰਦੇ। ਜਿਹੜਾ ਕੋਈ ਸ਼ੈ ਨਹੀਂ ਫਿਰਦਾ ਉਹ ਟਿਸ਼ੂ ਚਾਈ ਖੜਾ ਹੁੰਦੇ, ਹੁਸੈਨ ਦੇ ਜ਼ਵਾਰ ਹੱਥ ਸਾਫ਼ ਕਰ ਮਾਰਫਤ ਨਾਲ ਜੁਮਲਾ ਸਮਝਦੇ ਪਾਇਓ ਤੇ ਹੁਸੈਨ ਦੀ ਦੁਖੀ ਤੇ ਜ਼ਖਮੀ ਧੀ ਦਾ ਮੈਂ ਇੱਕ ਵਹਿਣ ਕਰਨਾ। ਛੋਲੀ ਫੈਲਾਵ ਹੈ ਮੈਂ ਇੱਕ ਭੈਣ ਸੁਣਾਵਾਂ, ਜ਼ਿੰਦਗੀ ਦਾ ਕੋਈ ਪਤਾ ਨਹੀਂ ਊਂ ਬੀਬੀ ਦਾ ਜਿਹੜੀ ਅਜਾ ਤਾਈਂ ਕੈਦ ਹੈ। ਨਹੀਂ ਸਾਰੇ ਆ ਜਿਵੇਂ ਮੇਰਾ ਦਿੱਲੀ ਹੁਣ ਸਾਰੇ ਆਏ ਨਹੀਂ ਕੀਤੇ ਜਿਹਦੀ ਅਜਾ ਤਾਈਂ ਰੱਸੀਆਂ ਕਹਿ ਨਹੀਂ ਲਾਏ। ਅੱਛਾ ਦੱਸੇ ਮਾਰਫਤ ਨਾਲ ਬੰਦੇ ਜੁਮਲਾ ਪੇ ਸੁਣਦੇ ਤੇ ਸਾਹਮਣੇ ਆ ਗਏ ਭਜਨ ਮੈਂ ਪੜ੍ਹਦਾ। ਸਿੰਧ ਇੱਕ ਮਜਲੇ ਸੀ ਮਿੰਬਰ ਤੇ ਮੈਂ ਬੈਠਾ, ਮੇਰੇ ਕੋਲ ਪਹਿਲੇ ਇੱਕ ਆਲਮ ਦੀਨ ਜੁਮਲਾ ਪੇ ਪੜ੍ਹਦਾ ਆ, ਉਹਨਾਂ ਪੜ੍ਹਦੇ ਪੈਣ ਜੁਮਲਾ ਤੇ ਉਸ ਵੇਲੇ ਮੈਂ ਸੁਣਿਆ, ਅੱਜ ਤੁਹਾਡੇ ਸਾਹਮਣੇ ਮੈਂ ਪੇ ਪੜ੍ਹਦਾ। ਸਰ ਚਾਹ ਕੇ ਮੇਰਾ ਜੁਮਲਾ ਸੁਣਿਆ ਕਿ ਈਰਾਨ ਦਾ ਇੱਕ ਜ਼ਵਾਰ ਹੈ ਈਰਾਨ ਦਾ, ਉਹ ਸਪੈਸ਼ਲ ਕਰਬਲਾ ਮੌਲਾ ਹੁਸੈਨ ਦੇ ਜ਼ਰੀਏ ਤੇ ਗਈ ਹੈ ਜੋ ਮੇਰੇ ਭਰਾ ਕੋ ਮੌਲਾ ਸਿਹਤ ਲਿਓ। ਲਾ ਇਲਾਜ ਕਰ ਛੋੜਾ ਡਾਕਟਰਾਂ ਨੇ, ਕਰਬਲਾ ਸਪੈਸ਼ਲ ਇਸ ਵਜ੍ਹਾ ਤੋਂ ਗਈ ਹੈ ਮੌਲਾ ਦੀ ਜ਼ਰੀ ਕੋ ਹੱਥ ਪਾ ਕੇ ਆਦਾ ਮੌਲਾ ਮੇਰੇ ਸਾਰੇ ਬੂਹੇ ਬੰਦ ਹੋ ਗਏ, ਮੌਲਾ ਤੇਰੇ ਸਿਵਾ ਮੇਰਾ ਕੋਈ ਨਹੀਂ, ਮੌਲਾ ਮੈਨੂੰ ਭਰਾ ਦੀ ਸਿਹਤ ਚਾਹੀਦੀ। ਮਗਰ ਉਮੀ ਕਿਸਮਤ ਜੋ ਭਰਾ ਮਰ ਗਿਆ, ਇਤਲਾਹ ਪਹੁੰਚੀ ਜੋ ਭਰਾ ਮਰ ਗਏ ਮੌਲਾ ਦੀ ਜ਼ਰੀ ਤੋਂ ਪਿੱਛਾ ਹਟ ਕੇ ਆਦੇ ਮੌਲਾ ਮੈਂ ਅੱਜ ਦੇ ਬਾਅਦ ਤੁਹਾਡੇ ਸਲਾਮ ਤੇ ਨਾ ਆ ਸਕ, ਮੌਲਾ ਤੁਹਾਡੇ ਸਲਾਮ ਤੇ ਵੀ ਨਾ ਆਸਾਂ, ਔਰ ਅੱਜ ਦੇ ਬਾਅਦ ਮੈਂ ਸ਼ਾਮ ਤੁਹਾਡੀ ਧੀ ਦੀ ਕਬਰ ਤੇ ਨਾ ਵਸ। ਇਹ ਗੱਲ ਨਹੀਂ ਕਰਕੇ ਪਿੱਛਾ ਹਟਾਏ ਜਾਂ ਇਤਲਾਹ ਪਹੁੰਚੀਏ ਤੇਰਾ ਭਰਾ ਜ਼ਿੰਦਾ ਹੋ ਗਿਆ। ਇਹ ਜੁਮਲਾ ਜਿੰਦੇ ਬਸ ਮੈਂ ਮਿਹਨਤ ਕਰ ਰਿਹਾ, ਤੇਰਾ ਭਰਾ ਜ਼ਿੰਦਾ ਹੋ ਗਿਆ, ਜਿਹਨਾਂ ਸੁਣਿਆ ਸੀ ਨਾ ਭਰਾ ਜ਼ਿੰਦਾ ਹੋ ਗਏ, ਉੱਠਦਾ ਬਾਂਦਾ ਢਾਂਦਾ ਸਿੱਧਾ ਮੌਲਾ ਦੀ ਜ਼ਰੀ ਪਵਾ ਕੇ ਹੱਥ ਪਕੜਾ ਮੌਲਾ ਦੀ ਜ਼ਰੀ ਨਾਲ ਆ ਕੇ ਬਹਿ ਗਏ, ਰੋਂਦਾ ਰਹੇ ਗਿਰੜਾਂਦਾ ਰਹੇ ਰੋਂਦਾ ਰਹੇ, ਅੱਖ ਲੱਗੀਏ ਤੇ ਜ਼ਖਮੀ ਹਾਲਤ ਚ ਹੁਸੈਨ ਪਿਆ ਲੈ, ਉਹ ਮੇਰਾ ਜ਼ਵਾਰ ਕੋਈ ਕਹਿੰਦੀਆਂ ਧੀਆਂ ਨਾਲ ਹੀ ਰੁਸਦੇ। ਮਜ਼ਲੂਮ ਦੀ ਦੁਖੀ
تے زخمی تھی دا جہندہ جنازہ سجاد کر لیں چاہے میں ہوندے دو بین کرنے تھگنا نہیں نیاز حسین نہیں تھگنا اور اے میرا وعدہ انشاءاللہ میں ہر آزادار دی طرف ہوں مولا کو سلام پیش کر سکتا اور مولا کو منج کے مقان دے سلیدی اللہ تعالی ماتم تعالی گریہ تعالی ہے قبول کرے اے او بی بی اے جائیں بابا کستا لیتے چند وینہ واسطے میں کو ماتم یا کہتے میں اوہ وین مکمل کرنے بس جڑے ہے پہ کر دے ہو بابا بولو متا میں وین اچ اے جملہ نہ پڑھا ایک دفعہ جتنے بیٹھے ہو نا جتنے آزادار بیٹھے ہو نیاز ہے حسین ایک منٹ منگنا تو میرے والے پاس دیکھ کے جملہ توجہ نال سننا اے جملہ ڈا صاحب بڑی دیر میں روندا رہی ہاں جملے تھے بڑی دیر سارے رہا بھرا بہن کول پچھدا آئی تے کو نیندر کیوں نہیں آندی کیا پچھدا آئی نیندر زندگی دا رومن ہیڈ ایسا موجود جڑا جملہ نوں پڑھ دا تے کو نیندر کیوں نہیں آندی بھراد زخمی ہاتھ چمکیا دی سجاد میں کو ضرباں دی آواز نہیں پھیری ہائے ہائے سجاد میری اکھ لگے مرحبا 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 کیا کہنے کیا ماتمیوں کرے کیا کہنے مالک تری ہوتے راضی ہوئے سجادار میں نہ کروں دردہ نال ہائے پہ کریں دیو میں راضی ہوں مالک راضی ہوں بابا کستا نٹھس اور امن والے عزدارو بابے دی لاش تے بڑی اوکھی آئی ہے پہلی دھیئے جڑی ان جائی بیٹھئے تے وین کر کے آدھئے بابا بابا میں مجبور ہوں تے کو کفن ضرور پوا بابا تے کو دفنامہ ضرور بابا تن اس حالت اتنا چھوڑا اٹھیاں نہیں اٹھائیاں گئیں بے پلانے اٹھتے وکھرا بلایا نے بے پلانے اٹھتے میں تو آدھے وستے نا زیادہ محنت کریا کہ کہیں دی اکھ رہ نہ جاوے آج آج بہت بڑا دیہاڑا ہے بہت بڑی رات ہے حسین دی دی پڑی ہے زندان اچھ بی بی اندھے وینے میں تاہاں کہ ہر عزدار دی اکھے جی کہاں سے نکلے اے جملہ لس جنہیں واسطے میں محنت کیتی ہے تے ماتمی حکم کیتا ہے اے جملہ سن سو تو اگلا محنت توری سمجھ چھا گا سی ٹر دے ہوئے بے پلانے اٹھتوں ٹر دے ہوئے آ مخدومہ تیری غربت میں پڑھا تے سارے ہندی سمجھ چھا گئے تے ہے چکرین بے پلانے ٹر دے ہوئے اٹھتوں ہک بے وس دھی بابے دی لاش علی پاس دیکھ کے پیا دیئے رسیاں لتھیاں تا والاس مولا تاری اترا ہو میں کیا کہنے تاری ہے نہیں کیا کہنے جوانی ہوگی ایک دفعہ میں نے جملہ دہراؤ تو میں بتمین کرے سا بابا رسیاں لتھیاں تا میں والا سا کربلا تو گھن کے شام تک جتھاں کہیں مارے اچھی نہیں ہوتی میں روسا تا میرا بھرا روسا چلو اینے دردن آگ پہ رون دے ہوتے دسے میں پڑی وجہ میں دوڑتے اونٹوں سے کئی بار گری ہو میں دوڑتے اونٹوں سے کئی بار گری ہو ہر بار مجھے شبر نے مارا ہے اچھا کیا کہنے کیا درد ہے مجھے سجدار کیا روحانی کہتے ہیں بسم اللہ اچھا وین تے سارے جڑ گئے ہو تے میں نیڑے ہمیں ملکل وین دے رومن والے آزادارو پہنچ گئی زندان اے معصومہ زندانو یعنی چھت کھولے دے تو سا روزانہ سن دے ہو مسائب تواری زندگی گزر گئی ہے مسائب سن دے ہاں رون دے ہاں آزاداری کرے دے ہاں تو اڈا نوکر آج ایک جملہ آکھنا چاہنے ہیں انوکھا سوال کی تس بھین بھرا تھے تو ساں یہ سوال سن دے ہو نا
ਪੁੱਛਦੀ ਏ ਸਜਾਦ ਪੱਖੀ ਕਿਨ ਬਵੈਨ, ਪੁੱਛਦੀ ਏ ਸਜਾਦ ਸ਼ਾਮ ਵਿੱਚ ਆਵਾਜ਼ ਨਹੀਂ ਖੁੱਲਦੀ। ਜੈਂਦੇ ਵਿਹੜੇ ਧੀਏ ਨਾ ਮੇਰਾ ਜੁਮਲਾ ਉਹ ਸਮਝ ਸੀ ਮੈਂ ਕਿ ਪਿਆਰ ਬਿਰਾਦ ਜ਼ਖਮੀ ਹੱਥ ਚੁੰਕਿਆ ਦੀਏ ਕੁਝ ਨਾ ਪੁੱਛਦੀ ਮੈਂ ਕੋ ਇਹ ਦੱਸ ਮੇਰੇ ਬਾਬੇ ਕੋ ਕਹਿ ਦਫਨਾਇਆ। ਹਾਏ 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 ਬਾਬਾ ਜੀ ਮੇਰੇ ਵਾਲੇ ਪਾਸੇ ਦੇਖ ਰਹੇ, ਮੈਂ ਪੜ੍ਹ ਰਿਹਾ। ਮੇਰੇ ਬਾਬੇ ਕੋ ਕਹੇ ਦਫਨਾਇਆ, ਫਰਮਾਇਆ ਹਾਂ ਕਬਰਾਂ ਬਣ ਗਈਆਂ ਉਸ। ਅੱਛਾ ਮੇਰਾ ਬਾਬਾ ਦਫਨ ਹੋ ਗਿਆ ਉਸ, ਫਰਮਾਇਆ ਤੇ ਤੂੰ ਕਿਉਂ ਪੁੱਛਦੀ? ਹਾਏ ਜਿਗਰ ਬਾਰਾਂ ਦਾ ਜੁਮਲਾ ਪੜ੍ਹਦੇ ਹਾਂ, ਤੂੰ ਕਿਉਂ ਪੁੱਛਦੀ? ਅਦੇ ਸਜਾਦ ਜਿਹਨਾਂ ਸਾਡੀਆਂ ਕੈਦਾਂ ਛੁੱਟ ਸਨ ਤੇ ਮੈਂ ਬਾਬੇ ਦੀ ਕਬਰ ਕੋ ਹਾਂ ਨਾ ਲਾ ਕੇ ਰੋ ਸਾਂ, ਉੱਥੇ ਮੈਨੂੰ ਮਰੇ ਸੀ ਤਾਂ ਕੋਈ ਦਰਦਾਂ ਨਾਲ ਹੈ ਕਿ ਜਿਸ ਬਿਰਾ ਕੋ ਪਤਾ ਹੀ ਜੋ ਜੀਂਦਾ ਹੀ ਨਹੀਂ ਵਰਗਾ ਜ਼ਿੰਦਾਨ ਚ ਵੈਣ ਕਰੇਂਦੀ। ਹਾਏ ਮੇਰਾ ਮਜ਼ਲੂਮ ਬਾਬਾ, ਹਾਏ ਮੇਰਾ ਟੱਸਾ ਬਾਬਾ, ਹਾਏ ਮੇਰਾ ਜ਼ਖਮੀ ਬਾਬਾ, ਹਾਏ ਮੇਰਾ ਗਰੀਬ ਬਾਬਾ, ਬਾਬਾ ਮੈਂ ਥੱਕ ਪਈ ਹਾਂ, ਬਾਬਾ ਮੈਨੂੰ ਸ਼ਾਮ ਖਾ ਗਈ। ਜਿਹਨਾਂ ਜਿਹਨਾਂ ਬੰਦਿਆਂ ਕੋਲ ਇਸ ਦਰਦਾਂ 'ਤੇ ਵੀ ਹਾਏ ਨਹੀਂ ਆਉਂਦੀ ਉਹਨਾਂ ਦਾ ਸਹੀ ਬਾਬਾ ਰਹਿਣਾ ਸੀ, ਤੁਰ ਤਾਂ ਰੋਣ ਵਾਸਤੇ ਆਏ, ਇਸ ਤੋਂ ਵੱਧ ਦਰਦ ਮੈਂ ਕਿ ਪੜਾ। ਰੋਣ ਵਾਲੇ ਅਸਦਾਰੋ ਇੱਕ ਰਾਤ ਰੱਸੀਆਂ ਵਾਲੇ ਹੱਥ ਇਵੇਂ ਬੁਲੰਦ ਕਰਕੇ ਪਈ ਆਉਂਦੀ, ਅੱਲਾ ਤੈਨੂੰ ਵਾਸਤੇ ਮੇਰੀ ਦਾਦੀ ਦੇ ਜ਼ਖਮੀ ਪਹਿਲੋ ਦਾ ਅੱਜ ਤਾਂ ਮੈਂ ਕੋ ਬਾਬਾ ਇਲਾਜ, ਯਾਨੀ ਅੱਜ ਨਹੀਂ ਹੈ ਆਉਂਦੀ ਅੱਜ ਤਾਂ ਮੈਂ ਕੋ ਬਾਬਾ ਮਿਲਾ। ਬਾਬਾ ਜੀ ਅੱਖ ਲੱਗੀ ਏ ਤੇ ਬਾਬਾ ਮਿਲੇ, ਬਾਬਾ ਮੈਂ ਥੱਕ ਪਈ, ਬਾਬਾ ਮੈਂ ਕੋ ਖੇਲਵਾਂ, ਬਾਬਾ ਮੈਂ ਕੋ ਸ਼ਾਮ ਖਾ ਗਈ, ਬਾਬਾ ਮੈਂ ਮਿੱਟੀਆਂ ਤੇ ਵਧੀ ਸੀ, ਬਾਬਾ ਤੇਰੇ ਬਾਅਦ ਮੈਂ ਰੁੱਲ ਗਈ। ਅੱਖ ਖੁੱਲੀ ਬਾਬਾ ਹੈ ਕੋਈ ਨਾ, ਇਹ ਜੁਮਲਾ ਸਮਝਣ ਨਾਲ ਤਾਲਕ ਰੱਖਦਾ। ਅੱਖ ਖੁੱਲੀ ਤੇ ਬਾਬਾ ਆਸੂ, ਆਸੂ ਹਰ ਅੱਖ 'ਚੋਂ ਨਹੀਂ ਚੱਲਦਾ, ਨਹੀਂ ਚੱਲਦਾ ਜੀ, ਆਸੂ ਮਖਦੂਮਾਂ ਕੋਲ ਪਿੰਨਣਾ ਪਾਉਂਦੇ। ਨਮਾਜ਼ ਪੜ੍ਹੋ, ਟੁਰਦੇ ਪਏ ਹੋ ਤੇ ਮੇਰੀ ਗੱਲ ਯਾਦ ਰੱਖੇ, ਇਹ ਗੱਲ ਜ਼ਰੂਰ, ਇਹ ਦੁਆ ਅੱਜ ਦੇ ਬਾਅਦ ਮੰਗਦੇ ਹੋ ਤਾਂ ਫਿਰ ਸ਼ਾਮਿਲ ਜ਼ਰੂਰ ਕਰਨੀ ਹੈ ਕਿ ਉਤਨੀ ਦੇਰ ਤੱਕ ਆਪਣੇ ਵਾਸਤੇ ਤਾਂ ਮੈਂ ਇਹ ਮੰਗੀ, ਉਤਨੀ ਦੇਰ ਤੱਕ ਮੈਂ ਜੀਵਾਂ ਜੇ ਤਾਈਂ ਮੈਂ ਮੌਲਾ ਕਰੂੰਗਾ, ਬਸ ਜਦ ਮੇਰੇ ਆਸੂ ਮੁੱਖ ਵਜਣ ਤਾਂ ਮੇਰੀ ਜ਼ਿੰਦਗੀ ਮੁੱਖ ਹੋ ਗਈ। ਜਿਹੜੇ ਹੈ ਪਿਤਰਦੇ ਹੋ ਮੇਰਾ ਦਿਲ ਨਾ ਸਮਝਣੇ, ਔਰ ਆਸੂ ਦੱਸ ਆਸੂ ਹਰ ਅੱਖ 'ਚੋਂ ਨਹੀਂ ਆਉਂਦਾ, ਹੂੰ ਅੱਖ 'ਚੋਂ ਆਉਂਦੇ ਜੇ ਅੱਖ ਥੱਲੇ ਦੁਖੀ ਬੀਬੀ ਦਾ ਰੁਮਾਲ ਆਵੇ। ਤੇ ਮੈਂ ਕੋਸ਼ਿਸ਼ ਕਰੇ ਨਾ ਕਿ ਸਾਰਿਆਂ ਵਾਸਤੇ ਇੱਕ ਮਿਹਨਤ ਕਰਕੇ ਦਾ ਰਮਣ ਵਾਲੇ ਅਸਦਾਰ ਬਾਬਾ ਹੈ ਕੋਈ ਨਾ, ਜ਼ਿੰਦਾਨ 'ਚ ਡਿੱਠਾ ਸਜੇ ਖੱਬੇ, ਜ਼ਿੰਦਾਨ 'ਚ ਬਾਬਾ ਕੋਈ ਨਹੀਂ। ਹੁਣ ਜ਼ਿੰਦਾਨ ਦੀ ਹਾਲਤ ਕਿਆ ਹੈ? ਮਾਂ ਉੱਥਾਂ ਬੈਠੀ ਰਹਿੰਦੀ ਹੈ, ਪੁੱਪੀ ਉੱਥਾਂ ਬੈਠੀ ਰਹਿੰਦੀ, ਬੀਬੀਆਂ ਉੱਥਾਂ ਪਈਆਂ ਰਹਿੰਦੀਆਂ, ਆਦੀ ਅੰਮਾ ਤੋਂ ਵੰਜਾਂ ਤਾਂ ਉਹ ਅਸਗਰ ਕੋ ਰੋਂਦੀ ਹੈ, ਪੁੱਪੀ ਤੋਂ ਵੰਜਾਂ ਤਾਂ ਉਹ ਅਕਬਰ ਕੋ ਰੋਂਦੀ ਹੈ। ਮੈਂ ਕਹਿੰਦੇ ਵੰਜਾਂ ਬਸ ਆਪਣੇ ਆਪ ਕੋ ਆਦੀਏ ਸਜਾਦ ਤੋਂ ਬਹਿੰਦੀ ਹਾਂ, ਸਾਹਮਣੇ ਆ ਖੜੀਏ ਆਦੀਏ ਸਜਾਦ ਮੈਂ ਤੇਰੇ ਕੰਢੇ ਕੱਢਣ ਵਾਲੀ ਭੈਣ ਹਾਂ, ਸਜਾਦ ਮੈਨੂੰ ਪੀਵਣ ਦਾ ਪਾਣੀ ਮਿਲਦਾ ਹੈ, ਮੈਂ ਪੀਂਦੀ ਨਾ ਹਾਂ ਤੇਰੇ ਜ਼ੰਜੀਰਾਂ ਦੀ ਸਟੇਂਦੀ ਹਾਂ, ਸਜਾਦ ਨਾ ਖਾਣਾ ਮੰਗਦੀ ਹਾਂ ਨਾ ਪਾਣੀ ਮੰਗਦੀ ਹਾਂ, ਦੇਖੀ ਤੇਰੀ ਹੈ ਕਿਉਂ ਨਹੀਂ ਆਉਂਦੀ, ਨਾ ਪਾਣੀ ਮੰਗਦੀ ਹਾਂ ਨਾ ਦੁਰ ਮੰਗਦੀ ਹਾਂ ਨਾ ਕੁਫਰ ਮੰਗਦੀ ਹਾਂ, ਮੰਗਦੀ ਕਿਹੜੀ ਆਦੀ ਬਾਬੇ ਦੱਸ। ਤੇ ਮੈਂ ਕਹਿਦੀ ਹਾਂ ਬੱਚੀ ਰੁਣੀਏ ਸਜਾਦ ਰੁਣੇ ਬੀਬੀਆਂ ਰੁਣੇ ਵੈਣ ਜ਼ਿੰਦਾਨ 'ਚ ਬੁਲੰਦ ਜ਼ਾਲਮ ਦੀ ਅੱਖ ਖੁੱਲੀ। ਸਿਪਾਹੀ ਕੋ ਆਦੇ ਕੌਣ ਰੋਣ ਵਾਲੀ ਹੈ, ਪਤਾ ਕਰ ਕੌਣ ਰੋਣ ਵਾਲੀ ਹੈ, ਕੌਣ ਰੋਣ ਵਾਲੀ? ਸਿਪਾਹੀ ਵਾਪਸ ਲੈ ਆਦੇ ਮਜ਼ਲੂਮ ਦੀ ਧੀ ਹੈ, ਕਿਉਂ ਰੋਂਦੀ ਹੈ? ਬਾਬਾ ਬਾਬਾ ਕਰਕੇ ਬਾਬੇ ਦਾ ਸਰ ਮੰਗਦੀ ਹੈ ਤੇ ਸਾਰੇ ਕੈਦੀ ਰੋਂਦੇ, ਬੀਬੀਆਂ ਰੋਂਦੀਆਂ ਉਹ ਬੱਚੀ ਵੀ ਰੋਂਦੀ ਹੈ, ਅਦੇ ਸਰ ਦੇ ਮੈਂ ਕੈਦੀ ਕੁ ਸਰ ਦੇ ਸਰ ਚਾਹ ਕੇ ਤੁਰੇ ਹੈ।
ਇਮਾਮ ਬਾਬੇ ਦਾ ਸਰ ਕਿੱਦਾਂ ਸੀ? ਸਾਹਿਬ ਮੇਰੀ ਬੀਬੀ ਦੀ ਸਰੀ ਤਪਨੀ ਹੋਈ ਖੈਰਾਤ ਹੈ, ਜਿਹੜੀ 12-13 ਪੌੜੀਆਂ ਝਿੱਕੀ ਕਬਰ ਹੈ ਮੇਰੀ, ਉੱਥੋਂ ਖੜ ਕੇ ਪਿੰਨੀ ਹੋਈ ਖੈਰਾਤ। ਔਰ 14 ਦਾ ਮੈਂ ਸਵਾਲ ਹਾਂ, 6ਵੀਂ ਦਫ਼ਾ ਕਰਬਲਾ ਪਿਆ ਬਹਿਣਾ, ਔਰ ਮੈਂ ਦੁਆ ਪਿਆ ਕਰਦਾ ਮੌਲਾ ਸਾਰਿਆਂ ਗਿਣ ਵੱਲੇ ਕਮ ਅਜ਼ ਕਮ ਹੈ ਨਾ ਵੀ ਅਵੀ ਤਾਂ ਅਮੀ ਨਾ ਖਿੱਚਾ ਮੌਲਾ ਤੋਂ ਗਿਣ ਵੱਲੇ ਤੁਸਾਂ ਜ਼ਵਾਰ ਬਣੋ ਬੀਬੀ ਦੀ ਕਬਰ ਤੇ। ਸਭ ਤੋਂ ਜ਼ਿਆਦਾ ਅਗਰ ਕਿਥੇ ਜ਼ਵਾਰ ਰੋਂਦਾ ਹੈ ਨਾ, ਉਹ ਹੁਸੈਨ ਦੀ ਧੀ ਦੀ ਕਬਰ ਹੈ। ਦਰਦ ਸ਼ਾਮਿਲ ਕਰ ਮੈਂ ਬੈਨ ਕਰਾਂ, ਮੌਲਾ ਸਲਾਮਤ ਰੱਖੇ, ਅੱਲਾ ਤੁਹਾਡਾ ਮਾਤਮ ਕਬੂਲ। ਮੈਂ ਬਿਸਮਿਲ੍ਲਾ ਤਾਈਦ ਕਰ ਦਿੱਤੀ ਜ਼ਵਾਰ। ਸਭ ਤੋਂ ਜ਼ਿਆਦਾ ਬੰਦਾ ਉੱਥੇ ਹੀ ਰੋਂਦਾ ਮਾਸੂਮਾਂ ਦੀ ਕਬਰ, ਜਿਹੜੇ ਰੋਂਦੇ ਤੇ ਮਾਤਮ ਕਰਨ ਦੇ ਪਏ ਬਹਿਣ ਸਮਝਾਏ ਫਿਰ ਤੋਰੀ ਆਇਆ ਸੀ। ਬਾਬੇ ਦਾ ਸਰ ਆਇਆ ਹੈ ਬਛੜੇ ਦੇ ਹੱਥਾਂ ਤੇ, ਕੜੀਆਂ ਦੇ ਹੱਥਾਂ ਤੇ ਕੱਟਾ ਹੋਇਆ ਸਰ ਆਇਆ ਤੇ ਆਦਾ ਖੜੇ ਅੱਖ ਖੋਲ ਕੈਦੀ ਮਿਲਣ ਆਏ। ਚੰਦ ਬੰਦੇ ਨੇ ਬੇਬਸ ਪੈ ਰੋਂਦੇ ਤੇ ਮੌਲਾ ਤੁਹਾਡਾ ਮਾਤਮ ਕਬੂਲ ਕਰੇ। ਜ਼ਿੰਦਗੀ ਦਾ ਕੋਈ ਪਤਾ ਨਹੀਂ, ਮੈਂ ਕੋਸ਼ਿਸ਼ ਕਰੇ ਨਾ ਬਹਿਣ ਪੂਰੇ ਕੀਤੀ ਵਾਲੀ ਜਿਹੜੇ ਆਏ ਪੇ ਕਰਦੇ ਹੋ ਅੱਖ ਖੋਲ ਕੈਦੀ ਮਿਲਣ ਆਏ। ਅੱਖ ਖੋਲੀ ਸਜਾ ਜਵਾਨੇ ਚ ਦਾੜੀ ਚਿੱਟੀ ਹੋ ਗਈ। ਬਾਬਾ ਮੈਂ ਮਾਂ ਬਾਜ਼ਾਰ ਚੋਰੀ ਦਿੱਤੀ, ਬਾਬਾ ਮੈਂ ਮਾਂ ਬਾਜ਼ਾਰ ਥੋੜਾ ਵਸਦੇ ਚੰਦ ਬਾਜ਼ਾਰ ਚੋਰੀ ਦਿੱਤੀ। ਕਿਸਮਤ ਦੀ ਗੱਲ ਹੈ, ਮਜ਼ਲੂਮੀਅਤ ਦੀ ਗੱਲ ਹੈ, ਦੁੱਖ ਪੜਾਂ ਜ਼ਰਾ ਇਹਨਾਂ ਜ਼ਹਿਨ ਰੱਖਣੇ ਮੰਜ਼ਰ ਬਣਾਉਣੇ ਤੇ ਮੈਂ ਬਹਿਣ ਕਰਨ ਲੱਗਾ। ਦੇਖੋ ਤੁਹਾਡੇ ਆਸੂਆਂ ਵਾਸਤੇ ਮੈਂ ਕੈਸੇ ਕੈਸੇ ਜੁਮਲੇ ਤਲਾਸ਼ ਕਰਕੇ ਆਖ ਰਿਹਾ ਕਿ ਹਰ ਆਜ਼ਾਦਾਰ ਦੀ ਅੱਖਾਂ 'ਚ ਆਸੂ ਨਿਕਲੇ, ਦੁੱਖ ਭਰੇ ਉਹ ਜੁਮਲੇ ਪਿਆ ਪੜਨਾ। ਸਰ ਚਾਹ ਕੇ ਮੇਰਾ ਜੁਮਲਾ ਸੁਣ, ਮੈਂ ਮੰਜ਼ਰ ਬਣਾ ਰਿਹਾ ਤੇਰੇ ਆਸੂਆਂ ਵਾਸਤੇ। ਇਹ ਇਸ ਤਰੀਕੇ ਨਾਲ ਸਰ ਚਾਹੇ ਬੇਸ ਮਜ਼ਲੂਮੀਅਤ ਦੀ ਹੱਦ ਦੇ ਪਿਓ ਦੀਆਂ ਰੰਗਾਂ 'ਚ ਰੱਖਦੇ, ਪੁੱਤਰ ਦੀਆਂ ਅੱਖੇ ਚੁਰਤ ਸਾਹਮਣੇ ਬੈਠੇ ਹੋ ਨਾ, ਤੁਸਾਂ ਸਾਰੇ ਮੇਰੇ ਨਾਲ ਇੱਕ ਦਫ਼ਾ ਬੋਲੋ ਤੇ ਜੇ ਕੋਈ ਮਿਲਣ ਵੀ ਆਵੇ ਤੇ ਰੰਗ ਹੋ ਰਹੇ ਮਜਲਿਸ ਦਾ। ਇਤਨਾ ਬਾਬੇ ਦੇ ਸਰ ਕੋ ਦੇਖ ਕੇ ਨਹੀਂ ਰੁਣਨਾ ਮਾਸਾ, ਇਤਨਾ ਬਾਬੇ ਦੇ ਸਰ ਕੋ ਦੇਖ ਕੇ ਨਹੀਂ ਰੁਣਨਾ ਜਿਤਨਾ ਭੈਣ ਦੀਆਂ ਮਿੰਨਤਾਂ ਕੋ ਦੇਖ ਕੇ ਰੁਣ। ਇੱਕ ਇੱਕ ਮਜ਼ਦੂਰ ਦੇ ਸਾਹਮਣੇ ਆ ਕੇ ਇਹਦੇ ਲੰਬਾ ਸਫ਼ਰ ਆਈ ਕਰਬਲਾ ਤੋਂ ਸਾਹਿਬ, ਅਗਰ ਕਹਿ ਕੋਈ ਤਕਲੀਫ ਹੋਈ ਹੋਵੇ ਮੈਂ ਯਤੀਮ ਦਿੱਤੇ ਯਤੀਮ ਸਮਝ ਕੇ ਮਾਫ਼ ਕਰ ਚੁੱਕਿਆ। ਮੈਨੂੰ ਬਾਬਾ ਮਿਲਣ ਪਿਆ ਵੇ ਜਿਹਦੇ ਬਾਬਾ ਵੈਸੀ ਸਜਾਦ ਦੀ ਕਿਹੜੀ ਹਾਲਤ ਹੈ, ਹਾਲਤ ਡਿੱਠੀ ਸੀ ਰੁਣ ਸਜਾਦ ਮਾਸੂਮਾਂ ਬਾਬਾ ਮਿਲਣ ਆਏ ਸਜਾਦ ਮੈਂ ਤੇਰੀ ਜ਼ਖਮੀ ਭੈਣਾ ਸਜਾਦ ਮੈਂ ਤੇਰੇ ਕੰਡੇ ਕੱਢਣ ਵਾਲੀ ਭੈਣਾ ਸਜਾਦ ਬਾਬੇ ਦਾ ਸਰ ਮੇਰੇ ਸੀਨੇ ਉੱਤੇ ਰੱਖ ਚਾ ਮਾਤਮੀ ਉਹ ਸਰ ਨੇੜਿਆਂ ਦਾ ਗਏ ਬੱਚੀ ਮਿੱਟੀ ਤੇ ਸਮਝੀ ਗਈ ਏ ਸਜਾਦ ਸਰ ਰੱਖਿਆ ਹਾਂ ਨਾਲਾ ਕਿਆ ਦੀ ਬਾਬਾ ਜਨਾ ਵਸਦੇ ਆਸੇ ਮਦੀਨੇ ਸਫ਼ਰ ਵਹਿੰਦੇ ਆਵੇ ਵਾਪਸ ਬਲਾਂਦੇ ਆਵੇ ਸਾਰਾਂ ਕੋ ਮਿਲਦੇ ਆਵੇ ਜਦੋਂ ਮੈਂ ਆਉਂਦੀਆਂ ਵੀ ਤੁਸਾਂ ਸਮ ਵਹਿੰਦੇ ਆਵੇ ਮੈਂ ਆਉਂਦੀਆਂ ਵੀ ਬਾਬਾ ਮੈਂ ਮਿਲਣ ਆਈਆ ਤੁਸਾਂ ਦੇ ਆਵੇ ਮੈਂ ਥਕਾਇਆ ਮੇਰੇ ਸੀਨੇ ਤੋਂ ਸਮ ਦੇ ਬਾਬਾ ਅੱਗੇ ਤੂੰ ਥਕਦਾ ਅਗਰ ਮਾਤਮੀ ਹਾਏ ਕਰੋ ਤਾਂ ਤੁਕ ਬੀਬੀ ਦੇ ਵੈਣ ਸੁਣਾ ਰੋਣ ਵਾਲੇ ਅਜ਼ਾਦਾਰ ਸਰ ਹਾਂ ਅੱਲਾ ਗਿਆ ਦੇ ਬਾਬਾ ਅੱਖ ਖਾਲ ਇਹ ਦਸ਼ਾ ਤੇਰੀਆਂ ਰੰਗਾਂ ਕਹਿ ਗੱਡੀਆਂ ਮਾਤਮੀ ਆ
ਆਖਣੇ ਖੁੱਲੀ ਅਗਲਾ ਬਹਿਣ ਕਰ ਗਿਆ ਦੇ ਬਾਬਾ ਮੈਨੂੰ ਘੋੜਿਆ ਨਾਲ ਭਜੇ ਦਰਾ ਮਰਹਬਾ ਮਰਹਬਾ ਮੀਰੇ ਬੰਦਾ ਜਿਹਨੇ ਖੁੱਲ ਹੱਥ ਤੇ ਦਸਾਇਆ ਬਿਸਮਿਲਾ ਮੈਂ ਨੌਕਰ ਜਿਹੜੇ ਰੋਂਦੇ ਤੇ ਮਾਤਮ ਕਰਨੇ ਪਾਇਆ ਅਗਲਾ ਬਹਿਣ ਕਰ ਗਿਆ ਦੇ ਬਾਬਾ ਜੇ ਤੇ ਕੁਮਾਰ ਆਇਓ ਸਾਰੇ ਰਾਹ ਸਜਾਦ ਮਾਰ ਅਗਲਾ ਬਹਿਣ ਕਰਕੇ ਆਦੇ ਬਾਬਾ ਮੈਂ ਨੌਕਰਾਂ ਭਲਾਉਣੇ 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 ਭਜੜ ਰੋਂਦੇ ਤੇ ਮਾਤਮ ਕਰਦੇ ਪਾਇਓ ਅਗਲਾ ਬਹਿਣ ਕਰਕੇ ਆਦੇ ਬਾਬਾ ਬਾਜ਼ਾਰ ਸ਼ਾਮ ਚ ਸਾਰੇ ਤੇ ਉਬਲਦਾ ਹੋਇਆ ਪਾਣੀ ਸੜਿਆ ਮਾਤਮੀ ਅੱਖ ਨੇ ਖੁੱਲੀ ਮੇਰਾ ਬਹਿਣ ਸੁਣਾਈ ਓ ਜੀਆ ਬਹਿਣ ਕੀਤਾ ਜ਼ਿੰਦਾ ਹਰ ਗਈ ਆਇਆ ਮੂੰਹ ਤੇ ਮੂੰਹ ਰੱਖੇ ਆਦੇ ਅੱਖ ਖੋਲ ਮੈਂ ਬੁਢੜੀ ਹੋ ਗਈ ਬਾਬਾ ਮੈਂ ਨੌਕਰਾਂ ਮੈਂ ਨੌਕਰਾਂ ਬਿਸਮਿਲਾ ਬਲਾਉਣੇ ਬਲਾਉਣੇ ਮਾਤਮ ਕਰਨ ਵਾਲੇ ਅਜਦਾਰੋ ਸਰ ਚੋ ਜਿਹੜੇ ਹਲਕੇ ਦੇ ਮਾਤਮੀ ਭਾਈਜਾਨ ਕੰਜੂਸੀ ਨਹੀਂ ਕਰਿਆ ਜ਼ਿੰਦਗੀ ਦਾ ਕੋਈ ਪਤਾ ਨਹੀਂ ਮਤ ਮੇਰੀ ਆਖਰੀ ਮਜਲਿਸ ਹੋਵੇ ਜਿਹੜੇ ਰੋਂਦੇ ਤੇ ਮਾਤਮ ਕਰਨੇ ਪਾਇਓ ਮੇਰਾ ਜੁਮਲਾ ਮਾਤਮੀ ਬਣ ਕੇ ਸੁਣੀਆ ਮਾਤਮੀ ਉਹ ਯਾਦ ਰੱਖੇ ਪੁੱਤਰ ਦਾ ਪਿਆਰ ਮਾਂ ਨਾਲ ਢੇਰ ਆਉਂਦੇ ਧੀ ਦਾ ਪਿਆਰ ਬਾਬੇ ਨਾਲ ਜ਼ਿਆਦਾ ਆਉਂਦੇ ਸਾਰਾ ਦਿਨ ਬਾਬਾ ਪਹਿਲ ਵਜਰ ਆਵੇ ਸ਼ਾਮੀ ਘਰ ਵੱਲ ਆਵੇ ਧੀ ਗੱਲ ਚ ਬਈ ਪੈਂਦੀ ਏ ਸਾਰੇ ਦਿਨ ਦਾ ਹਾਲ ਲੈਂਦੀ ਏ ਆਦੀ ਬਾਬਾ ਤੂੰ ਸਗੋਏ ਨਾਵੇ ਅੱਜ ਮੈਨੂੰ ਭਿਰਾਵਾ ਮਾਰੇ ਆਇਆ ਮਾਤਮੀ ਉਹ ਮੁੱਦਾ ਦੇ ਬਾਦ ਬਾਬੇ ਦਾ ਸਰ ਮਿਲ ਆਇਆ ਹਾਂ ਨਾ ਲਾ ਕੇ ਆਦੀ ਐਲੀ ਅਕਬਰ ਦੀ ਉਹ ਜਾਗੀ ਜ਼ਿੰਦਗੀ ਦਾ ਕੋਈ ਪਤਾ ਨਹੀਂ ਜਿਹੜੇ ਹਲਕੇ ਦੇ ਮਾਤਮੀ ਹੁਣ ਸੀਨਾ ਪਿਆ ਨਾ ਕਰਾਇਆ ਰਮਣ ਵਾਲੇ ਅਜ਼ਾਦਾਰ ਸ਼ਹੀਦ ਕਰਬਲਾ ਦੀਆਂ ਅੱਖਾਂ ਖੁੱਲੀਆਂ ਨਾ ਅੱਖਾਂ ਖੁੱਲੀਆਂ ਤੇ ਬੈਣ ਕਰਕੇ ਮੋਲਾ ਪੈ ਫਰਮੇ ਦਰ ਇਹ ਦਸ਼ਾ ਤੇਰੀ ਨਿਭਦੀ ਕਿਵੇਂ ਵਧੀਏ ਆਦੀਏ ਬਾਬਾ ਕੁਛ ਮੈਂ ਦੱਸੇ ਨਹੀਂ ਆ ਕੁਝ ਮੇਰੇ ਗਵਾਹ ਕੋਲ ਗਰੀਬਾਂ ਦੇ ਜ਼ਿੰਦਾਨ ਚ ਕਿਹੜੇ ਗਵਾਹੀ ਨੀ ਆ ਪਿਓ ਦਾ ਸਰ ਇੱਥੇ ਕਰਕੇ ਆਦੀਏ ਰੁਖਸਾਰ ਗਵਾਹ ਮਰਹਬਾ ਮਰਹਬਾ ਸ਼ਲਵੈਣ ਸੁਣ ਲਓ ਥੋੜ੍ਹੀ ਮਦਦ ਕਰੀ ਮੇਰੇ ਸਾਹਮਣੇ ਥੋੜ੍ਹੀ ਮਦਦ ਕਰ ਦੇ ਬਿਸਮਿਲਾ ਕੋਸ਼ਿਸ਼ ਕਰਨਾ ਪਿਆ ਮਾਤਮੀਆਂ ਵੈਣ ਜ਼ਿੰਮੇ ਲਾਏ ਤਾਂ ਘਰ ਛੁੜੇ ਨਾ ਰਮਣ ਵਾਲੇ ਅਜ਼ਾਦਾਰੋ ਕਿਸਮਤ ਦੀ ਗੱਲ ਆਈ ਜਦੋਂ ਦੀ ਮਿਲਣ ਗਈ ਆਈ ਬਾਬੇ ਦੀ ਮੁੱਕ ਗਈ ਅੱਜ ਬਾਬਾ ਮਿਲਣ ਆਇਆ ਦੀ ਦੀ ਮੁੱਕ ਗਈ ਹੈ ਔਖੇ ਤੇ ਭਾਵੇਂ ਸੌ ਕੇ ਗੁਸਲ ਮਿਲਿਆ ਬਫਾ ਨੂੰ ਮੈਲਾ ਚੋਲਾ ਪੰਜੜ ਦੋ ਮੋਹਰਾ ਨਾ ਬੰਦ ਵੀ ਆਪਣਾ ਅੱਲਾ ਦਰਜਾਦ ਬੁਲੰਦ ਕਰੇ ਸੁਲਤਾਨ ਅੱਲਾ ਕਰੇ ਬਾਬਾ ਸੇਵ ਖਾਦਮ ਹੁਸੈਨ ਚਾਚਾ ਕਟਦਰੀ ਵਾਲੇ ਆਪਣ ਦੇ ਆਉਂਦੇ ਐ ਜੇ ਤੈ ਮਈਤ ਛਾਂ ਤੇਰੀ ਐ ਮਾਂ ਨੇੜੇ ਲਈ ਆਈ ਐ ਅਜੇ ਨੇ ਧੁੱਪ ਜਗੀ ਆਏ ਐ ਬੀਬੀਆਂ ਦੀ ਇਹ ਗੱਲਾਂ ਲਾਠੇ ਕਰਦੇ ਹੋ ਮਾਤਮ ਇੱਕ ਵੈਣ ਕਰਨਾ ਬਿਸਮਿਲਾ ਇੱਕ ਲਾਲਾ ਠੈਰ ਬਿਮਾਰ ਮਲਾ ਓ ਇਆ ਮਿਲਾ ਤੰਗੜੀਏ ਓ ਚਲਾਈ ਵਾਜ ਮੇਰਾ ਮੁੱਕ ਗਿਆ ਰਿਸ਼ਤਾ ਕਰੂੰ ਵੈਣ ਜਦ
ਜਿਹੜਾ ਹੁਕਮ ਮਾਤਮੀਆਂ ਕੀਤਾ ਉਹ ਵੈਰ ਦੇ ਨੇੜੇ ਆ ਗਈਆਂ, ਜਿਹੜੇ ਰੋਂਦੇ ਤੇ ਮਾਤਮ ਕਰਨ ਦੇ ਪਾਇਓ। ਹੁਣ ਜਿਤਨੇ ਮਾਤਮੀਆਂ ਸੀਨਾ ਪਿਲਾ ਨਾ ਕਰਾਏ, ਸਜਾਦ ਬਹਿਣ ਦਾ ਜਨਾਜ਼ਾ ਚਾਹੇ ਖੱਟੀ ਖੱਟਾਈ ਕਬਰ ਮਿਲੀਏ, ਸਜਾਦ ਰਸੀਆਂ ਮੇਰੇ ਵਾਲੇ ਪਾਸੇ ਦੇਖਣੇ, ਮੈਂ ਬਹਿਣ ਕਰਨ ਲੱਗਾ। ਸਜਾਦ ਬਹਿਣ ਕੋ ਦਫਨਾਏ ਉੱਠਿਆ ਜਾਂ ਖਬਰ ਚ ਰੋਵਣ ਦੀ ਆਵਾਜ਼ ਆਈ। ਮੈਂ ਤੁਹਾਡੇ ਤੇ ਸਵਾਲ ਕਰੇ ਨਾ ਪਹਿਲੇ ਪਹਿਲੇ ਮੈਂ ਜੁਮਲਾ ਖਾ ਬੋਲੋ ਮੇਰੇ ਨਾਲ, ਬਾਬੇ ਨਾਲ ਕਿਹੜਾ ਵਾਦਾ ਕੀਤਾ ਸੀ ਬਾਬਾ? ਰਸੀਆਂ ਲੱਥੀਆਂ ਮੈਂ ਵੱਲਾ ਸਾ, ਜਿਹੜੇ ਹਲਕੇ ਦੇ ਮਾਤਮੀਆਂ ਸਜਾਦ ਸੁਣਿਆ ਤਾਂ ਵਹਿਣਾ ਦਾ ਬਿਆਈ, ਮੈਂ ਹੁਣ ਘਰ ਵੱਲ ਨਹੀਂ ਆ ਸਕਦੀ। ਜਿਤਨੇ ਹਲਕੇ ਦੇ ਮਾਤਮੀਓ ਔਰ ਜਿਤਨੇ ਹਲਕੇ ਦੇ ਮਾਤਮੀਓ ਤੁਹਾਡੇ ਵਾਸਤੇ ਵਹਿਣ ਵੀ ਆਪਣੇ ਨਾ ਮੌਲਾ ਦਾ ਮਿੰਬਰ ਗਵਾਏ ਵਹਿਣ ਹੋਏ ਜੇ ਵਹਿਣ ਦੇ ਬਾਅਦ ਮੇਰੇ ਹਿੱਸੇ ਦੀਆਂ ਮਜਲਸਾਂ ਮੁਕੰਮਲ ਥੀ ਵਹਿ ਜਾਣ। ਇਹੋ ਜਿਹੀਆਂ ਵਹਿਣ ਕੀਤਾ ਸੀ ਦੋਵੇਂ ਪਿਓ ਪੁੱਤਰ ਮਿੱਟੀ ਤੇ ਜਾਣ ਭੈਣ ਆਦੀਏ ਬਾਬਾ, ਜਦੋਂ ਤੁਹਾਡੀ ਲਾਸ਼ ਛੋੜੀ ਆਵੀ ਮੈਂ ਤੁਹਾਡੇ ਨਾਲ ਵਾਦਾ ਕੀਤਾ ਹੀ, ਕਿਹੜਾ ਵਾਦਾ ਕਿਹੜਾ ਵਾਦਾ? ਮੈਂ ਆਖਿਆ ਕੋਸ਼ਿਸ਼ ਕਰੇ ਤਾਂ ਹਸੀਨੇ ਤੇ ਰੱਖ ਛੋੜੇ ਦੁਆ ਪਿਆ ਕਰੇ ਲਾ ਸਲ ਕਹਿੰਦੀਆਂ ਧੀਆਂ ਦੁੱਖ ਵੀ ਨਾ ਹੋਇਆ ਆਦੀਏ ਬਾਬਾ ਕਰ ਭਲਾ ਛੋੜ ਮੇਰੀ ਹਾਲਤ ਦੇਖ ਮੇਰੇ ਰੁਖਸਾ ਅਰ ਜ਼ਖਮੀ
قبول فرما، بار میں شمشاد ظہور تعظیم فرما، بار میں سفار میں ظہور فرما، مولا آوے بی بی دی بس سارے کو کربلا اور شام و دوار بلا عبادت عمل اپنی بارگاہ سے قبول فرما، بانیان نے شرد محنت قبول فرما، بار میں شمشاد ظہور تعظیم فرما، اللہم صلی اللہ محمد وآل محمد.